ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਸਬ ਡਿਵੀਜ਼ਨ ਸਾਂਝ ਕੇਂਦਰ ਨਕੋਦਰ ਦੇ ਇੰਚਾਰਜ ਗੁਰਦੇਵ ਸਿੰਘ ਅਤੇ ਥਾਣਾ ਸਾਂਝ ਕੇਂਦਰ ਇੰਚਾਰਜ ਨੂਰਮਹਿਲ ਗੁਰਨਾਮ ਦਾਸ ਅਤੇ ਮੁੱਖ ਅਫਸਰ ਥਾਣਾ ਨੂਰਮਹਿਲ ਸ਼੍ਰੀ ਜਤਿੰਦਰ ਕੁਮਾਰ ਜੀ ਵੱਲੋਂ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਨਵਜੋਤ ਸਿੰਘ ਮਾਹਲ ਜੀ, SSP ਸਾਹਿਬ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਨੋਡਲ ਅਫਸਰ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ SP ਹੈੱਡਕੁਆਰਟਰ ਜੀ ਦੀ ਦੇਖ ਰੇਖ ਹੇਠ ਸਕੂਲ ਇੰਚਾਰਜ ਹਰਸ਼ ਲੂੰਬਾ ਜੀ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਸਾਂਝ ਕੇਂਦਰ ਇੰਚਾਰਜ ਗੁਰਦੇਵ ਸਿੰਘ ਅਤੇ ਗੁਰਨਾਮ ਦਾਸ ਨੇ ਲੜਕੀਆਂ ਤੇ ਟੀਚਰ ਸਹਿਬਾਨ ਨੂੰ ਇੱਕ ਚੰਗੇ ਸਮਾਜ ਲਈ ਧੀਆਂ ਦੇ ਸਤਿਕਾਰ ਅਤੇ ਧੀਆਂ ਦੀ ਸਾਡੇ ਸਮਾਜ ਵਿੱਚ ਅਹਿਮ ਭੂਮਿਕਾ ਸੰਬੰਧੀ ਜਾਗਰੂਕ ਕੀਤਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸ ਕੇ ਚੰਗਾ ਜੀਵਨ ਬਤੀਤ ਕਰਨ ਦੀ ਵੀ ਪ੍ਰੇਰਣਾ ਦਿੱਤੀ ਅਤੇ ਮੁੱਖ ਅਫਸਰ ਨੂਰਮਹਿਲ ਸ਼੍ਰੀ ਜਤਿੰਦਰ ਕੁਮਾਰ ਨੇ ਲੜਕੀਆਂ ਨੂੰ ਸ਼ਕਤੀ ਐਪ, ਲੜਕੀਆਂ ਦੀ ਹਿਫਾਜ਼ਤ ਲਈ 112 ਇੰਡੀਆ ਮੋਬਾਈਲ ਐਪ, 181 ਹੈਲਪਲਾਈਨ ਨੰਬਰ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀ ਜਾਗਰੂਕ ਕੀਤਾ ਗਿਆ। ਸੈਮੀਨਾਰ ਮੌਕੇ ਸਕੂਲ ਸਟਾਫ ਗੁਰਵਿੰਦਰਪਾਲ ਕੌਰ, ਮੰਜੂ ਸ਼ਰਮਾ, ਹਰਜਿੰਦਰ ਕੌਰ, ਵੀਨਾ ਰਾਣੀ, ਨੀਨਾ ਰਾਣੀ, ਅਵਿਨਾਸ਼ ਚੰਦਰ, ਗਗਨ ਤਕਿਆਰ ਅਤੇ ਸਰਪੰਚ ਧਰਮਪਾਲ ਕੰਦੋਲਾ ਕਲਾ, ਜਸਵੰਤ ਰਾਏ ਪੰਚ, ਕੁਲਵਿੰਦਰ ਕੁਮਾਰ ਸੰਮਤੀ ਮੈਂਬਰ, ਸਤਨਾਮ ਸਿੰਘ ਸਮਾਜ ਸੇਵਕ, ਜੋਗਿੰਦਰ ਸਿੰਘ ਪੰਚ ਅਤੇ ਸਾਂਝ ਕੇਂਦਰ ਸਟਾਫ ਅਵਤਾਰ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਧਰਮਪਾਲ ਸਰਪੰਚ ਨੇ ਆਏ ਹੋਏ ਸਾਂਝ ਕੇਂਦਰ ਸਟਾਫ ਅਤੇ ਮੁੱਖ ਅਫਸਰ ਥਾਣਾ ਦਾ ਧੰਨਵਾਦ ਕੀਤਾ। ਇੱਕ ਉਪਰਾਲਾ ਕੀਤਾ ਹੈ ਪੰਜਾਬ ਮੇ ਵਿਮੈਨ ਕੀ ਸੇਫਟੀ ਕੇ ਲੀਏ, ਉਸਮੇ 112 ਇੰਡੀਆ ਮੋਬਾਈਲ ਐਪ ਕੇ ਤਹਿਤ ਜੋ ਵੀ ਇੱਕ ਐਮਰਜੈਂਸੀ ਕਾਲ ਹੈ ਜੋ ਲੋਕਲ ਥਾਣੇ ਲੋਕ ਪੁਲਿਸ ਕੋ ਚਲੀ ਜਾਏਗੀ, ਜਿਸ ਕੇ ਥਰੂ ਜਿਤਨੇ ਵੀ ਫੀਮੇਲ ਹੈ ਜੋ ਕਹੀਂ ਰੁਕੇ ਹੋਏ ਹੈ ਜਾਂ ਕਿਨੇ ਕੋਈ ਜ਼ਰੂਰਤ ਹੈ, ਜਿਹਨੇ ਕਈ ਨਰਵਸਨੈਸ ਫੀਲ ਹੋ ਰਹੀ ਹੈ, ਜਿਹਨੇ ਲੱਗਤਾ ਹੈ ਕਿ ਉਹ ਘਰ ਸੇਫਲੀ ਨਹੀਂ ਪਹੁੰਚ ਸਕਤੇ ਹੈ, ਤੋ ਉਹਨਾਂ ਦੀ ਮਦਦ ਕੇ ਲੀਏ ਨਾ ਪੁਲਿਸ ਆਪਣੇ ਤੁਰੰਤ ਥਾਣੇ ਸੇ SHO ਨਾਲ ਇੱਕ ਫੀਮੇਲ NGO ਲੈ ਕੇ ਜਾਏਂਗੇ ਔਰ ਉਨਕੋ ਘਰ ਤੱਕ ਛੱਡ ਕੇ ਆਏਂਗੇ। ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕੈਪਟਨ ਸਾਹਿਬ ਕਾ, ਇਹ ਕੋਨਫੀਡੈਂਸ ਬਿਲਡ ਕਰਨੇ ਕੇ ਲੀਏ ਜੋ ਪੰਜਾਬ ਕੀ ਹਮਾਰੀ ਜੋ ਬੇਟੀਆਂ ਹੈ, ਜੋ ਬਹਿਨੇ ਹੈ, ਜੋ ਬਹੂਏ ਹੈ ਔਰ ਜੋ ਓਲਡ ਲੇਡੀਜ਼ ਹੈ ਉਨਕੇ ਲੀਏ, ਤਾਂ ਕਿ ਉਹਨਾਂ ਕਹੀਂ ਵੀ ਇਹ ਫੀਲ ਨਾ ਹੋ ਕਿ ਉਹ ਸੇਫ ਨਹੀਂ ਹੈ, ਹੈ ਨਾ। ਔਰ 24 ਘੰਟੇ ਪੰਜਾਬ ਕੀ ਜੋ ਪੁਲਿਸ ਹੈ ਉਹ ਉਨਕੀ ਸੇਵਾ ਮੇਂ ਹਾਜ਼ਰ ਹੈ, ਉਹਨੇ ਕਭੀ ਵੀ ਇਹ ਮਹਿਸੂਸ ਹੋਤਾ ਹੈ ਕਿ ਉਹ ਸੇਫ ਨਹੀਂ ਹੈ ਜਾਂ ਸੇਫਲੀ ਘਰ ਨਹੀਂ ਜਾ ਸਕਤੀ ਹੈ, ਤਾਂ ਉਹ 112 ਐਪ ਇੰਡੀਆ ਜੋ ਹੈ ਇੰਡੀਆ ਐਪ ਹੈ ਉਸਕੇ ਮੈਂ ਰਜਿਸਟਰ ਕਰਕੇ ਉਸਕੋ ਡਾਊਨਲੋਡ ਕਰਕੇ ਉਸਕੇ ਥਰੂ ਡਾਇਲ ਕਰ ਸਕਤੇ ਹੈਂ। ਔਰ ਉਹਨਾਂ ਨੇ ਇਹ ਵੀ ਨਹੀਂ ਚਲਾਨੀ ਆਤੀ ਹੈ ਜੋ ਛੋਟੇ ਮੋਬਾਈਲ ਰੱਖਤੀ ਹੈ ਹਮਾਰੀ ਜੋ ਬੂੜੀ ਮਾਤਾ ਲੋਕ ਹੈ, ਤਾਂ ਉਹ 112 ਪਰ ਡਾਇਰੈਕਟਲੀ ਕਾਲ ਕਰਕੇ ਵੀ ਮਦਦ ਲੈ ਸਕਦੀ ਹੈ। ਮੈਡਮ, ਇੱਕ ਸਕੂਲ ਦੇ ਬੱਚੋਂ ਕੀ ਨੋਰਮਲ ਸ਼ਿਕਾਇਤ ਹੈ, ਹਮਾਰੇ ਜੋ ਬੱਚੇ ਸਕੂਲ ਆਤੇ ਹੈ ਪਿੰਡੋਂ ਸੇ, ਤੋ ਰਾਸਤੋਂ ਮੇਂ ਕਹੀਂ ਬੱਚੋਂ ਕੋ ਕਹੀਂ ਲੋਕ ਬੱਚੇ ਹੈ ਲੜਕੇ ਹੈ ਉਹ ਕੁਛ ਪਰੇਸ਼ਾਨ ਕਰਤੇ ਹੈ, ਮੇਰੀ ਸਭੀ ਜੋ ਮਾਂ ਬਾਪ ਹੈ ਉਨਸੇ ਰਿਕੁਐਸਟ ਹੈ ਕਿ ਪਹਿਲੇ ਪਲੀਜ਼ ਆਪ ਆਪਣੇ ਜੋ ਬੱਚੇ ਹੈ ਸਪੈਸ਼ਲੀ ਜੋ ਬੇਟੇ ਹੈ ਉਨਕੋ ਪਲੀਜ਼ ਥੋੜ੍ਹਾ ਸਾ ਸਮਝਾਏ ਔਰ ਉਨਕੀ ਕਾਉਂਸਲਿੰਗ ਕਰੇ ਕਿ ਜੋ ਬੱਚੀਆਂ ਹੈ ਇਹ ਜੋ ਸਕੂਲ ਜਾ ਰਹੀ ਹੈ ਇਹ ਉਨਕੀ ਬਹਿਨੋਂ ਕੀ ਤਰ੍ਹਾਂ ਹੈ, ਕੋਈ ਬੜੀ ਬਹਿਨ ਹੈ ਕੋਈ ਛੋਟੀ ਬਹਿਨ ਹੈ, ਇਹਨਾਂ ਦੀ ਰਿਸਪੈਕਟ ਕਰੇ, ਉਨਕੋ ਰਾਸਤੋਂ ਮੇਂ ਤੰਗ ਕਰੇ ਨਾ ਕਰੇ, ਔਰ ਪਹਿਲਾ ਜੋ ਹੱਕ ਹੈ ਵੋ ਉਨਕਾ ਹੈ ਸਮਝਾਨੇ ਕਾ, ਉਨਕੋ ਉਨਕੀ ਕਾਉਂਸਲਿੰਗ ਕਰੇ, ਔਰ ਅਗਰ ਵੋ ਨਹੀਂ ਕਰ ਸਕਤੇ ਹੈ ਬੱਚੇ ਉਨਕੇ ਕੰਟਰੋਲ ਮੇਂ ਨਹੀਂ ਹੈ, ਤੋ ਵੋ ਪਲੀਜ਼ ਥਾਨੋ ਕੀ ਮਦਦ ਲੈ ਸਕਤੇ ਹੈਂ, ਅਸੀਂ ਉਹਨਾਂ ਦੀ ਕਾਉਂਸਲਿੰਗ ਕਰੇ। ਥੈਂਕ ਯੂ ਮੈਡਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੜਕੀਆਂ ਦੇ ਸਕੂਲ ਪਿੰਡ ਵਡਾਲਾ ਵਿੱਚ ਜੋ ਕਿ ਨਸ਼ਿਆਂ ਬਾਰੇ ਇੱਕ 112 ਐਪ ਸ਼ਕਤੀ ਜੋ ਉਹਦੇ ਬਾਰੇ IPS ਆਫਿਸਰ ਔਰ ਗੁਰਦੇਵ ਸਿੰਘ ਕੁਹਾੜ ਜੋ ਸਬ ਇੰਸਪੈਕਟਰ ਸਾਂਝ ਕੇਂਦਰ ਆ, ਪ੍ਰਿੰਸੀਪਲ ਚੰਦਰ ਸ਼ੇਖਰ, ਸੰਤੋਖ ਸਿੰਘ ਘਾਰੂ, ਹੋਰ ਵੀ ਬਹੁਤ ਪਤਵੰਤੇ ਆਏ ਜਿਨ੍ਹਾਂ ਨੇ ਇੱਥੇ
ਇਸ ਉਪਰਾਲੇ 'ਤੇ ਬਹੁਤ ਅੱਛਾ ਯੋਗਦਾਨ ਪਾਇਆ ਔਰ ਲੜਕੀਆਂ ਨੂੰ ਇਹਨਾਂ ਬਾਰੇ ਸਮਝਾਇਆ ਔਰ ਲੜਕੀਆਂ ਨੇ ਵੀ ਕੁਛ ਸ਼ਿਕਾਇਤਾਂ IPS ਨੂੰ ਦੱਸੀਆਂ। ਇਸ ਇਹ ਬਹੁਤ ਵਧੀਆ ਉਪਰਾਲਾ ਸੀ, ਮੈਂ ਚਾਹੁੰਦਾ ਹਰ ਸਕੂਲ ਦੇ ਵਿੱਚ ਇਹ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।